जी के पद वास्ते नाम पेश किया जाए। पहला चोन कर लीए जी आराम नाल, तुसीं भी दे दिओ नाम, दे दिओ प्रधानगी पद वास्ते नाम पेश किया जाए। ਰਜਿੰਦਰ ਸਿੰਘ ਜੀ ਧਾਮੀ ਸਾਹਿਬ ਜੀ ਦੇ ਨਾਮ ਦੀ ਪ੍ਰਧਾਨ ਵਜੋਂ ਪੇਸ਼ਕਸ਼ ਹੋਈ, ਤਾਈਦ ਮਜੀਦ ਹੋਈ। ਦੇਖੋ ਗੱਲ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਪ੍ਰਧਾਨ ਅਤੇ ਅਹੁਦੇਦਾਰ ਸਾਹਿਬਾਨ ਦੀ ਚੋਣ ਹੈ ਔਰ ਸਮਾਂ ਹੋ ਚੁੱਕਿਆ ਅਰਦਾਸ ਉਪਰੰਤ ਜਿਹੜੀ ਹੈ ਸ਼ੁਰੂਆਤ ਹੋਣੀ ਹੈ ਜੀ। ਕੱਲ੍ਹ ਮੈਂਬਰਾਂ ਦੀ ਸਾਡੀ ਮੀਟਿੰਗ ਹੋ ਗਈ ਸੀਗੀ ਜੀ ਔਰ ਜੋ ਮੈਂਬਰਾਂ ਦੀ ਰਾਏ ਆ ਉਹਦੇ ਮੁਤਾਬਕ ਹੀ ਹੁਣ ਪਾਰਟੀ ਵੱਲੋਂ ਜਿਹੜੇ ਸਾਡੇ ਉਮੀਦਵਾਰ ਆ ਉਹ ਦਿੱਤੇ ਜਾਣ। ਅੱਜ ਵੋਟਿੰਗ ਪ੍ਰਕਿਰਿਆ ਦੇ ਵਿੱਚ ਕਿੰਨੇ ਮੈਂਬਰ ਜਿਹੜੇ ਨੇ ਵੋਟਿੰਗ ਕਰਨਗੇ ਅਤੇ ਕਿਹੜੇ ਕਿਹੜੇ ਮੈਂਬਰ ਜਿਹੜੇ ਨੇ ਅੱਜ ਚੋਣ ਪ੍ਰਕਿਰਿਆ ਦੇ ਵਿੱਚ ਜਿਹੜੇ ਸ਼ਾਮਲ ਰਹਿਣਗੇ? ਵੈਸੇ ਤਾਂ 185 ਮੈਂਬਰਾਂ ਦਾ ਹਾਊਸ ਹੈ ਜੀ, ਪਰ ਲੰਬਾ ਸਮਾਂ ਹੋ ਗਿਆ ਇਲੈਕਸ਼ਨ ਹੋਈ ਨੂੰ, 23 ਮੈਂਬਰ ਜਿਹੜੇ ਆ ਅਕਾਲ ਚਲਣ ਕਰ ਚੁੱਕੇ ਜੀ, 2 ਦਾ ਅਸਤੀਫਾ ਹੋ ਚੁੱਕਿਆ ਅਤੇ ਕੁੱਲ ਮਿਲਾ ਕੇ ਜਿਹੜੇ ਹੈ 159 ਮੈਂਬਰ ਹੈ ਜਿਹੜੇ ਇਸ ਵੇਲੇ ਵੋਟ ਪਾਉਣ ਦੇ ਹੱਕਦਾਰ। ਬਾਕੀ ਕਈ ਸਿਹਤ ਕਰਕੇ ਕਈ ਵਾਰੀ ਕੋਈ ਵਿਦੇਸ਼ ਗਿਆ ਹੁੰਦਾ, ਇਸ ਕਰਕੇ ਕੁੱਲ 159 ਦਾ ਹਾਊਸ ਹੈ। ਕਿੰਨੇ ਹਾਜ਼ਰ ਹੁੰਦੇ ਆ? ਥੋੜ੍ਹੇ ਬਹੁਤੇ 2-4 ਘੱਟ ਵੱਧ ਹੋ ਜਾਂਦੇ ਕਈ ਵਾਰੀ। ਜਿਵੇਂ ਸਾਹਿਬ ਵਿਰੋਧੀ ਅਕਸਰ ਹੀ ਕਹਿੰਦੇ ਆਉਂਦੇ ਨੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਲਿਫਾਫੇ 'ਚੋਂ ਨਿਕਲਦਾ। ਦੇਖੋ ਗੱਲ ਇਹ ਹੈ ਕਿ ਤੁਹਾਡੇ ਸਾਹਮਣੇ ਗੁਰਦੁਆਰਾ ਐਕਟ ਦੇ ਮੁਤਾਬਕ ਚੋਣ ਹੋਣੀ ਹੈ, ਹੁਣੇ ਤੁਹਾਡੇ ਸਾਹਮਣੇ ਨਾਮ ਵੀ ਪੇਸ਼ ਹੋਣਗੇ, ਤਾਈਦ ਮਜੀਦ ਵੀ ਹੋਏਗੀ, ਪ੍ਰੋਪਰ ਪ੍ਰਕਿਰਿਆ ਹੋਏਗੀ, ਜ਼ਰੂਰਤ ਪਈ ਤਾਂ ਵੋਟਿੰਗ ਨੂੰ। ਫਿਰ ਇਹਦੇ 'ਚ ਲਿਫਾਫਾ ਪਤਾ ਨਹੀਂ ਕਿੱਥੋਂ ਆ ਜਾਂਦਾ ਹਰ ਵਾਰ। ਡੈਮੋਕ੍ਰੇਟਿਕ ਇੱਕ ਪ੍ਰਕਿਰਿਆ ਹੁੰਦੀ ਹੈ, ਪਾਰਟੀ ਨੇ ਫੈਸਲਾ ਕਰਨਾ ਹੁੰਦਾ, ਰਾਏ ਸਾਰਿਆਂ ਦੀ ਲਈ ਜਾਂਦੀ ਹੈ, ਉਹਦੇ ਮੁਤਾਬਕ ਉਮੀਦਵਾਰ ਤੈਅ ਕੀਤੇ ਜਾਂਦੇ। ਵੋਟ ਮੈਂਬਰ ਇੰਡੀਪੈਂਡੈਂਟ ਹੁੰਦਾ, ਕਦੀ ਵੀ ਜਿਹੜੇ ਫੈਸਲੇ ਨੇ ਉਹਦੇ 'ਤੇ ਕਦੀ ਕਿੱਤੋਂ ਪਰੰਤੋਂ ਨਹੀਂ ਹੋਇਆ, ਅਤੇ ਇਸ ਕਰਕੇ ਨਹੀਂ ਹੋਇਆ ਕਿਉਂਕਿ ਮੈਂਬਰਾਂ ਦੀ ਆਪਣੀ ਰਾਏ ਹੁੰਦੀ ਹੈ ਉਹਦੇ ਮੁਤਾਬਕ। ਵਿਰੋਧੀ ਕਹਿੰਦੇ ਨੇ ਕਿ ਵੋਟਿੰਗ ਤੋਂ ਇੱਕ ਦਿਨ ਪਹਿਲੇ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਤਾਂ ਲਿਫਾਫਾ ਦੇ ਕੇ ਚਲੇ ਜਾਂਦੇ ਨੇ? ਨਹੀਂ, ਇੱਕ ਦਿਨ ਪਹਿਲਾਂ ਨਹੀਂ, ਕਈ ਦਿਨ ਪਹਿਲਾਂ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜੀ। ਮੈਂਬਰ ਸਾਹਿਬਾਨ ਪਰਸਨਲੀ ਵੀ ਮਿਲਦੇ ਆ, ਆਪਣੀ ਰਾਏ ਦਿੰਦੇ ਆ, ਇੱਕ ਦਿਨ ਪਹਿਲਾਂ ਬਕਾਇਦਾ ਅਫੀਸ਼ੀਅਲ ਮੀਟਿੰਗ ਹੁੰਦੀ ਹੈ। ਮੈਂ ਸੁਰਜੀਤ ਸਿੰਘ ਭਿੱਟੇਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 90 ਹਲਕਾ 99, ਹਰਜਿੰਦਰ ਸਿੰਘ ਜੀ ਧਾਮੀ 113 ਸ਼ਾਮ 84 ਜੀ ਦਾ ਨਾਮ ਪ੍ਰਧਾਨਗੀ ਵਾਸਤੇ ਪੇਸ਼ ਕਰਦਾ ਹਾਂ। ਸ਼ਾਮ 84 ਦੇ ਮੈਂਬਰ ਸਰਦਾਰ ਹਰਜਿੰਦਰ ਸਿੰਘ ਜੀ ਦਾ ਨਾਮ ਪੇਸ਼ ਹੋਇਆ ਪ੍ਰਧਾਨਗੀ ਪਦ ਲਈ। ਮੇਰੀ ਬੇਨਤੀ ਹੈ ਕਿ ਇਸ ਦਾ ਨਾਮ ਦੀ ਤਾਈਦ ਕਰਨ ਵਾਸਤੇ ਇੱਕ ਮੈਂਬਰ ਇਕੱਠੇ ਖੜੇ ਹੋ ਕੇ ਨਾਮ ਪੇਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨਗੀ ਦੀ ਉਸ ਵਾਸਤੇ ਸਰ ਹਰਜਿੰਦਰ ਸਿੰਘ ਜੀ ਧਾਮੀ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 113 ਵਨ ਸ਼ਹਿਰ ਸ਼ਾਮ 84 ਦੇ ਨਾਮ ਦੀ ਤਾਈਦ ਕਰਦਾ ਹਾਂ। ਬਹੁਤ ਸ਼ੁਕਰੀਆ। ਹਰਜਿੰਦਰ ਸਿੰਘ ਦੇ ਨਾਮ ਦੀ ਮਜੀਦ ਕਰਨ ਵਾਸਤੇ ਇੱਕ ਮੈਂਬਰ ਨੂੰ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਵਿੰਦਰ ਸਿੰਘ ਖਾਲਸਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਅਮਲੋਹ ਸ਼੍ਰੀ ਫਤਿਹਗੜ੍ਹ ਸਾਹਿਬ, ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨਗੀ ਪਦ ਦੇ ਲਈ ਨਾਂ ਪੇਸ਼ ਹੋਇਆ, ਉਹਨਾਂ ਦੇ ਨਾਂ ਦੀ ਤਾਈਦ ਮਜ਼ੀਦ ਕਰਦਾ ਹਾਂ।